ਸਤਿ ਸ਼੍ਰੀ ਅਕਾਲ ਜੀ, ਮੈਂ ਅਮਨਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ। ਇਹ ਫਰੈਂਡਸ ਆਪਾਂ ਦੁਪਹਿਰ ਦੀ ਰੋਟੀ ਬਣਾ ਰਹੇ ਹਾਂ ਅਤੇ ਨਾਲੇ ਹੁਣ ਸਾਰੇ ਜਿਹੜੇ ਗਰਮ ਗਰਮ ਪੱਕਦੀ ਖਾ ਲੈਣਗੇ ਅਤੇ ਨਾਲੇ ਆਪਾਂ ਨੇ ਅੱਜ ਦੇ ਵਲੋਗ ਦੀ ਸ਼ੁਰੂਆਤ ਕਰ ਲਈ। ਬਾਹਰ ਜਿਹੜੀ ਹਵਾ ਸੋਹਣੀ ਚੱਲ ਰਹੀ ਹੈ, ਰੋਟੀ ਆਪਾਂ ਨੇ ਹੋਸਪਿਟਲ ਵਿੱਚ ਵੀ ਭੇਜਣੀ ਹੈ ਅਤੇ ਮੰਮੀ ਅਤੇ ਸਰਦਾਰ ਜੀ ਖਾ ਕੇ ਚਲੇ ਜਾਣਗੇ ਰੋਟੀ। ਦੇਸ਼ ਵਿਦੇਸ਼ ਕੀ ਖਬਰੇ ਪਤਾ ਲੱਗ ਜਾਣਾ। ਅੰਕਲ ਦਾ ਪਿੱਛੇ ਪਾਪਾ ਜੀ ਦੇ ਦੋ, ਅੰਕਲ ਕੀ 2 ਮਿੰਟ ਤੱਕ ਪਾਏ ਹੋ ਜਿਹੜੇ ਬਣ ਜੂਗੀਆਂ ਪਾਪਾ ਮੱਖਣ ਦਾ ਮੱਖਣ ਹੁਣ ਕਿੱਥੇ ਗਏ ਮੀਡੀਆ ਵਾਲੇ, ਕਿਉਂ ਨਹੀਂ ਦਿਖਦਾ? ਮੰਮਾ ਵੀ ਦੇ ਮੱਖਣ ਖਾ ਲਈ, ਮੰਮੀ ਨਹੀਂ ਮੱਖਣੀ ਖਾਂਦੀ। ਇਹ 2 ਰੋਟੀਆਂ ਦੇ ਦੇ ਉੱਪਰ ਦੇ ਮਾਂ ਕਿਨੇ ਪਾਪਾ ਜੀ ਚੋਪੜ ਦੋ ਮੱਖਣ ਵਾਲੇ ਮੀਡੀਆ ਵਾਲੇ ਕਿੱਥੇ ਗਏ ਹੋਣਾ ਵੀ, ਕਿਉਂ ਨੀ ਕਿਸਾਨਾਂ ਦੀ ਪੋਸਟਾਂ ਕਰਦੇ? ਪਾਪੇ ਨੇ ਪਾਣੀ ਲੱਸੀ ਲੱਸੀ ਦੇ ਦੋ, ਕਿਸਾਨ ਦਾ ਚਾਰੇ ਪਾਸੇ ਦੇ ਮਾਰ ਹੈ। ਕਿਸਾਨ ਕਿਆ ਕਰੇ, ਮੀਂਹ ਪੈ ਜਾਂਦਾ ਫਸਲ ਖਰਾਬ ਹੋ ਜਾਂਦੀ ਹੈ, ਕਦੇ ਸੋਕਾ ਕਦੇ ਡੋਕਾ ਕਦੇ ਸਰਕਾਰ। ਬਦਲੋ ਚੀਕਦਾ ਹਰੇਕ ਵਾਰ ਮੰਮੀ ਨੂੰ ਕਹਿੰਦੇ ਰੋਟੀ ਖਾ ਲਓ ਪਹਿਲਾਂ। ਕੱਚੀ ਰੋਟੀ ਆ ਕਰੋ ਆਪਾਂ ਹਾਂ ਜੀ, ਪਰ ਖਾ ਲਓ ਰੋਟੀ। ਹੈਲੋ ਖਾਦਾ ਹੋ ਇਨਾ ਫਾਇਦਾ ਹੁੰਦਾ ਹੀ ਫਾਇਦੇ ਨਾਲ ਤਾਂ ਮੈਨੂੰ ਫਾਇਦੇ ਨਾਲ ਦੱਸੇ ਕਿਉਂ ਹੋਣਗੇ। ਅੱਛਾ ਬਰਾਨੀ ਹੋ ਗਈ, ਬਰਾਨੀ ਹੋ ਗਈ ਟਰਾਲੀ ਪਹਿਲਾਂ
ਤੁਸੀਂ ਅੱਜ ਵੀ ਉੱਥੇ ਰਹੋਗੇ ਰਾਤ ਨੂੰ ਫਿਰ ਮਾਸੀ ਨੇ ਇੰਨੀ ਸੋਹਣੀ ਕਿਹੜੀ ਗੱਲ ਮਾਸੀ ਆਈ ਦੱਸ ਰਹੀ ਅੱਗੇ ਮੈਨੂੰ ਇਹ ਕਹੇ ਸਭੀ ਪਜਾਣਾ ਵੀ ਆਈ ਹੈ ਤੇਲ ਤੂਲ ਚੋਦੇ ਮੈਂ ਨਹੀਂ ਫੋਨ ਕਰੂੰਗੀ ਇਹ ਤਾਂ ਵੀ ਤਾਂ ਫੋਨ ਵੀ ਨਹੀਂ ਕਰਦੇ ਬਹੁਤ ਦਿਨ ਹੋ ਗਿਆ ਫੋਨ ਕਰ ਲਏ ਕਰੋ ਮੈਨੂੰ ਕਹੂਗੀ ਤੈਨੂੰ ਕੜਾ ਦੇਣ ਵਾਲਾ ਹੋ ਗਿਆ ਹੁਣ ਮੈਂ ਕਿਹਾ ਫਿਰ ਦੇ ਦੇ ਥੋੜ੍ਹਾ ਜਿਹਾ ਫੋਨ ਵੀ ਨਹੀਂ ਕਰਦੀ ਹੈ ਮੈਂ ਨਾਨੀ ਦੀ ਖਬਰ ਸਾਰ ਲੈ ਲਿਆ ਰੋਟੀ ਖਾ ਰਹੀ ਰੋਟੀ ਨਾ ਨੂੰ ਕੱਟ ਕੇ ਰੋਟੀ ਖਾ ਰਹੀ ਅੱਛਾ ਕੋਈ ਨਾ ਬਸ ਟਾਈਮ ਲੱਗ ਗਿਆ ਹੁਣ ਆ ਜਾ ਹੁਣ ਮੰਗ ਰਹੀ ਖਿਚੜੀ ਦਾਲ ਪਲਾ ਦੇ ਠੀਕ ਮੰਮੀ ਰੋਟੀ ਦੇ ਦਾਂ ਹੋਰ ਰੋਟੀ ਮੇਰਾ ਗਲਾਸ ਉਦੋਂ ਮੈਂ ਰਹਿਣ ਦੇ ਪੁੱਤ ਹੁਣ ਤੁਹਾਨੂੰ ਪਤਾ ਲੱਗੇਗਾ
चलो जी फ्रेंड्स, ये तो सी अपनी अज की वीडियो। तो असी रोटी भी बना ली, सरदार जी ने भी रोटी खा ली, मम्मी ने भी रोटी खा ली, पापा जी ने भी खा ली। तो बस मैं तो मासी जी रह गए, उद्धम रह गए, असं बाद खा लेंगे। बाकी मासी जी ने जी होस्पिटल की रोटी पैक करती, क्योंकि उत्थे मामा जी उन्होंने हम मम्मी तो सरदार जी उत्थे रोटी लेके जाएंगे पैक करा के। सो फ्रेंड्स, उम्मीद करती हूँ थोड़ी मेरी अज की वीडियो पसंद आई होगी। जे थोड़ी मेरी अज की वीडियो पसंद आई तो प्लीज़ मैं लाइक तो कमेंट करके जरूर दस्यो। तो जे तुम मेरे चैनल पर नवे हो तो प्लीज़ चैनल सबसक्राइब जरूर कर लियो। तो मासी जी ने जो कंबल है धोया सी, असं वह भी देते मम्मी, क्योंकि नानी जी वास्ते लेके जाना सीगा। तो हुण मम्मी ते सरदार जी चले हैं। चलो जी, फिर अपन नैक्सट वीडियो लेके फिर मिलेंगे जी। तद तक लई बाय बाय, सत श्री अकाल जी। मासी जी पक्षी झलन लग गए।